ਸਾਨੂੰ ਜੀ ਸੁਬਹਾ ਹੀ ਇਨਫੋਰਮੇਸ਼ਨ ਮਿਲੀ ਸੀ ਅੱਜ ਸੁਬਹਾ ਕਿ ਕੋਈ ਦਰਪਣ ਸਿਟੀ ਦੇ ਵਿੱਚ 22 ਸਾਲ ਦਾ ਮੁੰਡਾ ਜਿਹੜਾ ਉਹ ਰਹਿੰਦਾ ਅਤੇ ਉਹਦਾ ਕਿਸੇ ਨੇ ਮਰਡਰ ਕਰਤਾ ਅਤੇ ਅਸੀਂ ਤੁਰੰਤ ਮੌਕੇ 'ਤੇ ਆ ਕੇ ਕ੍ਰਾਈਮ ਸੀਨ ਇੰਸਪੈਕਟ ਕਰਕੇ ਅਤੇ ਫੋਰੈਂਸਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ ਸਾਡੀ ਫੋਰੈਂਸਿਕ ਜਿਹੜੀ ਟੀਮ ਆ ਅਤੇ ਬਾਕੀ ਅੱਗੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਜਾਰੀ ਆ। ਕੀ ਕਰਦਾ ਸੀਗਾ, ਕਿੱਥੇ ਦਾ ਰਹਿਣ ਵਾਲਾ ਹੁਣ ਤੱਕ? ਇਹ ਜੀ ਜੀਨ ਦਾ ਰਹਿਣ ਵਾਲਾ, ਪਿੱਛੇ 22 ਸਾਲ ਇਹਦੀ ਏਜ ਆ, ਇੱਥੇ ਲੋਕਲ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਅਤੇ ਕੋਈ ਕੁੜੀ ਕਾੜੀ ਨਾਲ ਲਿਵਿੰਗ 'ਚ ਰਹਿੰਦਾ ਸੀਗਾ? ਇੱਥੇ ਜੀ 2-3 ਜਾਣੇ ਰਹਿੰਦੇ ਸੀਗੇ, ਇਹ ਕਿਸੇ ਲੜਕੀ ਦੇ ਨਾਲ ਜੋ ਆਸ ਪਾਸ ਜਿਹੜੇ ਇਹਦੇ ਦੋਸਤ ਮਿੱਤਰ ਨੇ ਉਹਨਾਂ ਦੇ ਦੱਸਣ ਮੁਤਾਬਕ, ਉਹਨਾਂ ਦੇ ਬਿਆਨਾਂ ਦੇ ਮੁਤਾਬਕ ਕਿ ਕੋਈ ਲੜਕੀ ਵੀ ਇਹਦੇ ਨਾਲ ਰਹਿੰਦੀ ਸੀ। ਪਰ ਇਹਦੇ ਇੰਜਰੀ ਕਿੱਥੇ ਕਿੱਥੇ ਹੈ ਹੁਣ ਤੱਕ ਦੀ? ਇਹਦੇ ਫੇਸ ਅਪਰ ਸਾਈਡ ਆਫ ਫੇਸ ਅਤੇ ਹੈੱਡ 'ਤੇ ਇੰਜਰੀ ਹੈ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ CCTV ਸਾਹਮਣੇ ਆਈ ਹੋਵੇ, ਕਿਸੇ 'ਤੇ ਸ਼ੱਕ ਹੋਵੇ? ਨਹੀਂ ਜੀ, ਵੱਖ ਵੱਖ ਟੀਮਸ ਅਸੀਂ ਲਾਈਆਂ ਹੋਈਆਂ ਨੇ, ਰੇਡਿੰਗ ਪਾਰਟੀਜ਼ ਵੀ ਭੇਜੀਆਂ ਹੋਈਆਂ ਨੇ, ਆਸ ਪਾਸ CCTV ਫੁਟੇਜਸ ਵੀ ਕਲੈਕਟ ਕਰ ਰਹੇ ਹਾਂ, ਤਾਂ ਸਾਰੀਆਂ ਐਂਗਲਸ ਜਿਹੜੇ ਉਹ ਐਕਸਪਲੋਰ ਕਰ ਰਹੇ ਹਾਂ। ਸਰ, ਮਾਮਲਾ ਦਰਜ ਫੈਮਿਲੀ ਆ ਰਹੀ ਹੈ ਜੀ, ਵਿਕਟਿਮ ਦੀ ਫੈਮਿਲੀ ਜਦੋਂ ਆ ਕੇ ਸਟੇਟਮੈਂਟ ਲਿਖਾਊਗੀ ਤੇ ਅਸੀਂ FIR ਕਰਾਂਗੇ। ਯਾਰ ਦੋਸਤ ਵੀ ਸੀਗੇ ਸਰ ਇਹਦੇ ਨਾਲ ਜਿਹੜੇ ਰਾਤ ਨੂੰ, ਹੁਣ ਪਤਾ ਲੱਗ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ? ਹਾਂਜੀ, ਜਿਵੇਂ ਮੈਂ ਦੱਸਿਆ ਇਹਦੇ ਦੋਸਤ ਸੀਗੇ, ਉਹਨਾਂ ਤੋਂ ਅਸੀਂ ਜਿਹੜਾ ਉਹਨਾਂ ਦੇ ਬਿਆਨ ਲੈ ਰਹੇ ਹਾਂ ਅਤੇ ਟੈਕਨੀਕਲ ਤੌਰ 'ਤੇ ਵੀ ਦੇਖ ਰਹੇ ਹਾਂ, ਉਹ ਜਿਹੜੇ ਜਿਹੜੇ ਬੰਦੇ ਸੀਗੇ ਉਹਨਾਂ ਤੋਂ ਸਾਰਿਆਂ ਤੋਂ ਕੁਸ਼ਚਨਿੰਗ ਹੋ ਰਹੀ ਹੈ। ਠੀਕ ਹੈ, ਤਾਂ ਬਿਲਕੁਲ ਸੀਨੀਅਰ ਆਫਿਸਰ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਕਾਫੀ ਜ਼ਿਆਦਾ ਉਹਦੇ 'ਤੇ ਇੰਜਰੀ ਸੀਗੀ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਈ ਥਾਵਾਂ 'ਤੇ। ਹਾਲਾਂਕਿ ਫੋਰੈਂਸਿਕ ਜਿਹੜੀ ਟੀਮ ਹੈ ਉਹ ਹੁਣ ਜਿਹੜੀ ਹੈ ਉਹ ਇਸੇ ਬੈੱਡ 'ਤੇ, ਦੱਸਿਆ ਜਾ ਰਿਹਾ ਕਿ ਇਸੇ ਬਿਲਕੁਲ ਬੈਕ ਸਾਈਡ 'ਤੇ ਜਿਹੜਾ ਹੈਗਾ ਉਹ ਉਹਦੀ ਬੋਡੀ ਪਈ ਸੀ, ਔਰ ਬੋਡੀ ਪਈ ਸੀ ਲੇਕਿਨ ਪੁਲਿਸ ਹੁਣ ਇੱਕ ਪੁਆਇੰਟ 'ਤੇ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਉਸਦਾ ਮਰਡਰ ਹੋਇਆ ਕਿਸ ਤਰ੍ਹਾਂ, ਕਿਉਂਕਿ ਇਸੇ ਜਿਹੜਾ ਫਲੈਟ ਦੇ ਵਿੱਚ ਇਹ ਰੈਂਟ 'ਤੇ ਰਹਿੰਦਾ ਸੀਗਾ, ਉੱਪਰ ਹੋਰ ਦੂਜੇ ਰੈਂਟ 'ਤੇ ਰਹਿੰਦੇ ਆ। ਦਰਪਣ ਸਿਟੀ ਖਰੜ ਦੇ ਦਰਪਣ ਸਿਟੀ ਦਾ ਇਹ ਪੂਰਾ ਜਿਹੜਾ ਦੱਸਿਆ ਜਾ ਰਿਹਾ ਕਿ ਮਰਡਰ ਹੋਇਆ, ਆਖਿਰ ਉਸਦਾ ਮਰਡਰ ਕਿਸ ਨੇ ਕੀਤਾ, ਕਿਉਂਕਿ ਕਾਫੀ ਜ਼ਿਆਦਾ ਸ਼ਾਰਪ ਵੈਪਨ ਅਤੇ ਉਹਦੇ ਸੱਟ ਜਿਹੜੀ ਹੈਗੀ ਇੱਥੇ ਵੱਜੀ ਹੋਈ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਦ ਉਹਨੇ ਫੋਨ ਨਹੀਂ ਚੱਕਿਆ ਕਿਸੇ ਦਾ, ਉਹਦੇ ਪਰਿਵਾਰਕ ਮੈਂਬਰਾਂ ਦਾ ਫੋਨ ਨਹੀਂ ਚੱਕਿਆ, ਤਾਂ ਉਸ ਤੋਂ ਬਾਅਦ ਫਿਰ ਪੜੋਸੀ ਜਿਹੜੇ ਹੈਗੇ ਆ ਕੇ ਇੱਥੇ ਜਦ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਅੰਦਰ ਮਰਿਆ ਪਿਆ। ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ 'ਚ ਆਸ ਪਾਸ ਦੇ ਨੀਅਰ ਬਾਏ ਦੇ CCTV ਫੁਟੇਜ ਵੀ ਖੰਗਾਲਦੀ ਨਜ਼ਰ ਆ ਰਹੀ ਹੈ ਕਿ ਆਖਿਰ ਇਸਦਾ ਮਰਡਰ ਕਿਸ ਤਰ੍ਹਾਂ ਹੋਇਆ। ਸਾਨੂੰ ਜੀ ਸੁਬਹਾ ਹੀ ਇਨਫੋਰਮੇਸ਼ਨ ਮਿਲੀ ਸੀ ਅੱਜ ਸੁਬਹਾ ਕਿ ਕੋਈ ਦਰਪਣ ਸਿਟੀ ਦੇ ਵਿੱਚ 22 ਸਾਲ ਦਾ ਮੁੰਡਾ ਜਿਹੜਾ ਉਹ ਰਹਿੰਦਾ ਅਤੇ ਉਹਦਾ ਕਿਸੇ ਨੇ ਮਰਡਰ ਕਰਤਾ, ਅਤੇ ਅਸੀਂ ਤੁਰੰਤ ਮੌਕੇ 'ਤੇ ਆ ਕੇ ਕ੍ਰਾਈਮ ਸੀਨ ਇੰਸਪੈਕਟ ਕਰਕੇ ਅਤੇ ਫੋਰੈਂਸਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ ਸਾਡੀ ਫੋਰੈਂਸਿਕ ਜਿਹੜੀ ਟੀਮ ਆ, ਅਤੇ ਬਾਕੀ ਅੱਗੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਜਾਰੀ ਆ। ਕੀ ਕਰਦਾ ਸੀਗਾ, ਕਿੱਥੇ ਦਾ ਰਹਿਣ ਵਾਲਾ ਹੁਣ ਤੱਕ? ਇਹ ਜੀ ਜੀਨ ਦਾ ਰਹਿਣ ਵਾਲਾ, ਪਿੱਛੇ 22 ਸਾਲ ਇਹਦੀ ਏਜ ਆ, ਇੱਥੇ ਲੋਕਲ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਅਤੇ ਕੋਈ ਕੁੜੀ ਕਾੜੀ ਨਾਲ ਲਿਵਿੰਗ 'ਚ ਰਹਿੰਦਾ ਸੀਗਾ? ਇੱਥੇ ਜੀ 2-3 ਜਾਣੇ ਰਹਿੰਦੇ ਸੀਗੇ, ਇਹ ਕਿਸੇ ਲੜਕੀ ਦੇ ਨਾਲ ਜੋ ਆਸ ਪਾਸ ਜਿਹੜੇ ਇਹਦੇ ਦੋਸਤ ਮਿੱਤਰ ਨੇ ਉਹਨਾਂ ਦੇ ਦੱਸਣ ਮੁਤਾਬਕ, ਉਹਨਾਂ ਦੇ ਬਿਆਨਾਂ ਦੇ ਮੁਤਾਬਕ ਕਿ ਕੋਈ ਲੜਕੀ ਵੀ ਇਹਦੇ ਨਾਲ ਰਹਿੰਦੀ ਸੀ। ਪਰ ਇਹਦੇ ਇੰਜਰੀ ਕਿੱਥੇ ਕਿੱਥੇ ਹੈ ਹੁਣ ਤੱਕ ਦੀ? ਇਹਦੇ ਫੇਸ ਅਪਰ ਸਾਈਡ ਆਫ ਫੇਸ ਅਤੇ ਹੈੱਡ 'ਤੇ ਇੰਜਰੀ ਹੈ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ CCTV ਸਾਹਮਣੇ ਆਈ ਹੋਵੇ, ਕਿਸੇ 'ਤੇ ਸ਼ੱਕ ਹੋਵੇ? ਨਹੀਂ ਜੀ, ਵੱਖ ਵੱਖ ਟੀਮਸ ਅਸੀਂ ਲਾਈਆਂ ਹੋਈਆਂ ਨੇ, ਰੇਡਿੰਗ ਪਾਰਟੀਜ਼ ਵੀ ਭੇਜੀਆਂ ਹੋਈਆਂ ਨੇ, ਆਸ ਪਾਸ CCTV ਫੁਟੇਜਸ ਵੀ ਕਲੈਕਟ ਕਰ ਰਹੇ ਹਾਂ, ਤਾਂ ਸਾਰੀਆਂ ਐਂਗਲਸ ਜਿਹੜੇ ਉਹ ਐਕਸਪਲੋਰ ਕਰ ਰਹੇ ਹਾਂ। ਸਾਹਿਬ, ਮਾਮਲਾ ਦਰਜ ਕੀਤਾ ਜਾ ਚੁੱਕਾ? ਫੈਮਿਲੀ ਆ ਰਹੀ ਹੈ ਜੀ, ਵਿਕਟਿਮ ਦੀ ਫੈਮਿਲੀ ਜਦੋਂ ਆ ਕੇ ਸਟੇਟਮੈਂਟ ਲਿਖਾਊਗੀ ਤੇ ਅਸੀਂ FIR ਕਰਾਂਗੇ। ਕੋਈ ਯਾਰ ਦੋਸਤ ਵੀ ਸੀਗੇ ਸਰ ਇਹਦੇ ਨਾਲ ਜਿਹੜੇ ਰਾਤ ਨੂੰ, ਹੁਣ ਪਤਾ ਲੱਗ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ? ਹਾਂਜੀ, ਜਿਵੇਂ ਮੈਂ ਦੱਸਿਆ ਇਹਦੇ ਦੋਸਤ ਸੀਗੇ ਉਹਨਾਂ ਤੋਂ ਅਸੀਂ ਜਿਹੜਾ ਉਹਨਾਂ ਦੇ ਬਿਆਨ ਲੈ ਰਹੇ ਹਾਂ ਅਤੇ ਟੈਕਨੀਕਲ ਤੌਰ 'ਤੇ ਵੀ ਦੇਖ ਰਹੇ ਹਾਂ, ਉਹ ਜਿਹੜੇ ਜਿਹੜੇ ਬੰਦੇ ਸੀਗੇ ਉਹਨਾਂ ਤੋਂ ਸਾਰਿਆਂ ਤੋਂ ਕੁਸ਼ਚਨਿੰਗ ਹੋ ਰਹੀ ਹੈ। ਠੀਕ ਹੈ, ਤਾਂ ਬਿਲਕੁਲ ਸੀਨੀਅਰ ਆਫਿਸਰ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਕਾਫੀ ਜ਼ਿਆਦਾ ਉਹਦੇ 'ਤੇ ਇੰਜਰੀ ਸੀਗੀ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਈ ਥਾਵਾਂ 'ਤੇ। ਹਾਲਾਂਕਿ ਫੋਰੈਂਸਿਕ ਜਿਹੜੀ ਟੀਮ ਹੈ ਉਹ ਹੁਣ ਜਿਹੜੀ ਹੈ ਉਹ ਇਸੇ ਬੈੱਡ 'ਤੇ, ਦੱਸਿਆ ਜਾ ਰਿਹਾ ਕਿ ਇਸੇ ਬਿਲਕੁਲ ਬੈਕ ਸਾਈਡ 'ਤੇ ਜਿਹੜਾ ਹੈਗਾ ਉਹ ਉਹਦੀ ਬੋਡੀ ਪਈ ਸੀ, ਔਰ ਬੋਡੀ ਪਈ ਸੀ ਲੇਕਿਨ ਪੁਲਿਸ ਹੁਣ ਇੱਕ ਪੁਆਇੰਟ 'ਤੇ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਉਸਦਾ ਮਰਡਰ ਹੋਇਆ ਕਿਸ ਤਰ੍ਹਾਂ, ਕਿਉਂਕਿ
ਇਸੇ ਜਿਹੜਾ ਫਲੈਟ ਦੇ ਵਿੱਚ ਇਹ ਰੈਂਟ ਤੇ ਰਹਿੰਦਾ ਸੀਗਾ, ਉੱਪਰ ਹੋਰ ਦੂਜੇ ਰੈਂਟ ਤੇ ਰਹਿੰਦੇ। ਦਰਪਣ ਸਿਟੀ ਖਰੜ ਦੇ ਦਰਪਣ ਸਿਟੀ ਦਾ ਇਹ ਪੂਰਾ ਜਿਹੜਾ ਦੱਸਿਆ ਜਾ ਰਿਹਾ ਕਿ ਮਰਡਰ ਹੋਇਆ, ਆਖਿਰ ਉਸਦਾ ਮਰਡਰ ਕਿਸ ਨੇ ਕੀਤਾ, ਕਿਉਂਕਿ ਕਾਫੀ ਜ਼ਿਆਦਾ ਸ਼ਾਰਪ ਵੈਪਨ ਤੇ ਉਹਦੇ ਸੱਟ ਜਿਹੜੀ ਹੈਗੀ ਇੱਥੇ ਵੱਜੀ ਹੋਈ ਸੀ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਦ ਉਹਨੇ ਫੋਨ ਨਹੀਂ ਚੱਕਿਆ ਕਿਸੇ ਦਾ, ਉਹਦੇ ਪਰਿਵਾਰਕ ਮੈਂਬਰਾਂ ਦਾ ਫੋਨ ਨਹੀਂ ਚੱਕਿਆ, ਤਾਂ ਉਸ ਤੋਂ ਬਾਅਦ ਫਿਰ ਪੜੋਸੀ ਜਿਹੜੇ ਹੈਗੇ ਆ ਕੇ ਇੱਥੇ ਜਦ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਅੰਦਰ ਮਰਿਆ ਪਿਆ। ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ 'ਚ ਆਸ ਪਾਸ ਦੇ ਨੀਅਰ ਬਾਏ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਦੀ ਨਜ਼ਰ ਆ ਰਹੀ ਹੈ ਕਿ ਆਖਿਰ ਇਸਦਾ ਮਰਡਰ ਕਿਸ ਤਰ੍ਹਾਂ ਹੋਇਆ।